ਸੋ ਜਦੋਂ ਵੀ ਮਨਿੰਦਰ ਗਿੱਲ ਭਾਜੀ ਆਉਂਦੇ ਸੀ ਨਾ ਸੋ ਮੈਂ ਰੂਮ ਸਰਵਿਸ ਨੂੰ ਕਹਿ ਦਿੰਦਾ ਸੀ ਜੇ ਭਾਜੀ ਕੁਝ ਮੰਗਾਉਣਗੇ ਮੈਂ ਦੇ ਕੇ ਆਉਂਗਾ ਮੈਂ ਕੋਟ ਲਾ ਕੇ ਸਪੈਸ਼ਲ ਵੇਟਰ ਬਣ ਕੇ ਜਾਂਦਾ ਸੀ ਸਰ ਕੋਟ ਪਾ ਕੇ ਕਿਤਾ ਦੀ ਫੀਲਿੰਗ ਆਉਂਦੀ ਸੀ ਕੋਟ ਲਾ ਕੇ ਜਾਣਾ ਸੀ ਨਾ ਵੇਟਰ ਤਾਂ ਉਹਨੂੰ ਸ਼ਰਟ ਦਿੰਦਾ ਓਕੇ ਕੋਟ ਲਾ ਕੇ ਓਕੇ ਓਕੇ ਭਾਜੀ ਨੂੰ ਖਾਣਾ ਸਰਵ ਕਰਨ ਮੈਂ ਜਾਂਦਾ ਰਿਹਾ ਓਕੇ ਪਰ ਮੈਂ ਕਦੇ ਨਹੀਂ ਦੱਸਿਆ ਕਿ ਭਾਜੀ ਮੈਂ ਸਿੰਗਰ ਬਣਨਾ ਜਾਂ ਮੇਰੇ ਨਾਲ ਫੋਟੋ ਖਿਚਾ ਲਓ ਮੈਂ ਜਦੋਂ ਉਹਨਾਂ ਨੂੰ ਨੋਟਿਸ ਕਰਦਾ ਸੀ ਮੈਂ ਜਿੰਨੇ ਵੀ ਆਰਟਿਸਟ ਨੂੰ ਮੇਰੀ ਪੁਰਾਣੀ ਤੁਸੀਂ ਕਦੇ ਕੋਈ ਆਰਟਿਸਟ ਨਾਲ ਫੋਟੋ ਨਹੀਂ ਹੈਗੀ ਯਾ ਮੈਂ ਸਿਰਫ ਉਹਨਾਂ ਨੂੰ ਨੋਟਿਸ ਕਰਦਾ ਸੀ ਕਿ ਇਹ ਤੁਰਦੇ ਕਿਵੇਂ ਇਹ ਬੈਠਦੇ ਕਿਵੇਂ ਇਹ ਕਿਵੇਂ ਕਰਦੇ ਇਹਨਾਂ ਦਾ ਨੇਚਰ ਜਸਟ ਟੂ ਗੈਟ ਇਨਟੂ ਦ ਕੈਰੈਕਟਰ ਕਿਉਂਕਿ ਮੈਂ ਇਹਨਾਂ ਨਾਲ ਆਉਣਾ ਇਨ ਫਿਊਚਰ ਓਕੇ ਕਦੇ ਫੋਟੋ ਨਹੀਂ ਦਈ ਸੋ ਮੈਨੂੰ ਅਮਰਿੰਦਰ ਗਿੱਲ ਭਾਜੀ ਨਾਲ ਬਹੁਤ ਵੱਡਾ ਫੈਨ ਹੈ ਅੱਜ ਤੱਕ ਵੀ ਮੇਰੀ ਫੋਟੋ ਨਹੀਂ ਆਈ ਉਹਨਾਂ ਯਾ ਸੋ ਮੇਰੇ ਉਹ ਐਚਐਮ ਦੇ ਜਿਹੜੇ ਪਾਲਾ ਨਾਲ ਜ਼ਿੰਦਗੀ ਦੇ ਬੜੇ ਸੋਹਣੇ ਨੇ ਬੜੇ ਆਰਟਿਸਟ ਨੂੰ ਮੈਂ ਨੇੜੋਂ ਦੇਖਿਆ ਸੋ ਜਦੋਂ ਕੰਮ ਕਰਦੇ ਹੁੰਦੇ ਸੀ ਤੁਸੀਂ ਕਿਹਾ ਮੈਂ ਟੇਬਲ ਸਾਫ ਕਰਦਾ ਸੀ ਐਂਡ ਆਲ ਦੈਟ ਸਟਫ ਸੋ ਕਦੇ ਆਫ ਕੋਰਸ ਤੁਹਾਡੇ ਦਿਮਾਗ 'ਚ ਸੀ ਕਿ ਆਈ ਵਾਂਟ ਟੂ ਬੀ ਅ ਸਿੰਗਰ ਕਦੇ ਦਿਮਾਗ 'ਚ ਆਇਆ ਕਿ ਮੈਂ ਬਣ ਸਕਦਾ ਬਿਕਾਜ਼ ਉਹ ਚੀਜ਼ ਹੈ ਨਾ ਮੋਰਲ ਡਾਊਨ ਦਿਮਾਗ 'ਚ ਨਿਕਲੇ ਨਹੀਂ ਮੈਮ ਕਦੇ ਓਕੇ ਉਹ ਦਿਮਾਗ 'ਚ ਨਿਕਲੇ ਹੀ ਨਹੀਂ ਕਦੇ ਮੈਂ ਸੱਚੀ ਹੂੰ ਕਹਿੰਦਾ ਇਹ ਮੈਂ ਕੈਮਰੇ ਮੂਰੇ ਬੈਠਾ ਮੇਰੇ ਦਿਮਾਗ 'ਚ ਕਦੇ ਗਿਆ ਹੀ ਨਹੀਂ ਕਿ ਮੈਂ ਸਿੰਗਰ ਤੋਂ ਬਿਨਾ ਕੁਝ ਹੋਰ ਕਰ ਸਕਦਾ ਓਕੇ ਹਾਲਾਂਕਿ ਮੈਂ ਉਦੋਂ ਸੋਚਿਆ ਜਦੋਂ ਲਾਈਕਸ ਨਹੀਂ ਸੀਗੇ ਕਮੈਂਟ ਨਹੀਂ ਸੀਗੇ ਜਦੋਂ ਕੁੜੀਆਂ ਫੈਨ ਨਹੀਂ ਹੁੰਦੀਆਂ ਓਕੇ ਹਨਾ ਉਹ ਤਾਂ ਨਾਰਮਲ ਜ਼ਿੰਦਗੀ ਹੁੰਦੀ ਸੀ ਆਰਟਿਸਟ ਦੀ ਮੇਰੇ ਆਦਾ ਮੈਂ ਛੋਟਾ ਹੁੰਦਾ ਸਾਡੇ ਕਿਸੇ ਵਿਆਹ 'ਚ ਫੰਕਸ਼ਨ 'ਚ ਕਿਸੇ ਕਲਾਕਾਰ ਨੇ ਆਉਣਾ ਤੇ ਮੈਂ ਸੋਚਣਾ ਅੱਛਾ ਮੈਨੂੰ ਵੀ ਐ ਕੁੜੀ ਨਾ ਰੱਖਣੀ ਪੈਣੀ ਕਿ ਗਾਉਣ ਵਾਲੀ ਮੇਰੇ ਹਨਾ ਉਹਦੋਂ ਡਿਊਟ ਜੋੜੀਆਂ ਹੁੰਦੀਆਂ ਸੀ ਓਕੇ ਤੋਂ ਇਦਾਂ ਦਾ ਸੀਗਾ ਸੋ ਇਹ ਵੀ ਬੜੀ ਖੁਸ਼ੀ ਆ ਜੋ ਸੋਚਿਆ ਮੈਨੂੰ ਉਹ ਮਿਲ ਰਿਹਾ ਨੂੰ ਇਹ ਦੱਸ ਦੋ ਸੱਚੀ ਸੱਚੀ ਬਿਲਕੁਲ ਝੂਠ ਨਹੀਂ ਬੋਲਣਾ ਕਿ ਕਿਨੂੰ ਦਿਮਾਗ 'ਚ ਰੱਖ ਕੇ ਗਾਣੇ ਬਣਾਉਂਦੇ ਹੋ ਇਜ਼ ਦੇਅਰ ਐਨੀਵਨ ਸਮਵਨ ਸਪੈਸ਼ਲ ਨਹੀਂ ਮੇਰੇ ਸਿਰਫ ਇਕੱਲੇ ਦੇ ਗਾਣੇ ਨਹੀਂ ਬਣਦੇ ਜੀ ਮੈਨੂੰ ਆਸ-ਪਾਸ ਜੋ ਮੈਂ ਦੇਖਦਾ ਮੇਰੇ ਕਿਸੇ ਫਰੈਂਡ ਨਾਲ ਉਹ ਤਾਂ ਹੈ ਬਟ ਆਈ ਐਮ ਆਸਕਿੰਗ ਆਊਟ ਮਨਿੰਦਰ ਗੋਟਾ ਬਿਕਾਜ਼ ਯੋਰ ਫੈਨਸ ਦੇ ਵਾਂਟ ਟੂ ਕਈ ਗਾਣੇ ਬਣਾਏ ਨੇ ਮੈਂ ਆਪਣੀ ਗਰਲਫ੍ਰੈਂਡ ਨੂੰ ਜ਼ਿਹਨ 'ਚ ਰੱਖ ਕੇ ਬਣਾ ਲੈਣਾ ਪਰ ਉਹ ਆਏ ਹੀ ਨਹੀਂ ਹੈਗੇ ਆ ਸਖੀਆਂ 'ਚ ਕਈ ਗੱਲਾਂ ਮੈਨੂੰ ਲੱਗਦੀਆਂ ਜਿਹੜੀਆਂ ਹਾਂਜੀ ਅੱਛਾ ਤੁਸੀਂ ਕਿਹਾ ਮੈਂ ਗਰਲਫ੍ਰੈਂਡ ਨੂੰ ਜ਼ਿਹਨ 'ਚ ਰੱਖ ਕੇ ਉਹ ਗਾਣੇ ਬਣਾਉਂਦਾ ਹੈ ਗਰਲਫ੍ਰੈਂਡ ਹੈਗੀ ਓਕੇ ਪਲੀਜ਼ ਨੋਟ ਦੈਟ ਡਾਊਨ ਐਸ ਵੈਲ ਗਰਲਫ੍ਰੈਂਡ ਹੈਗੀ ਮੈਂ ਮੇਰੀ ਤੇ ਮੈਂ ਦੱਸਦਾ ਵੀ ਸਖੀਆਂ ਨਾਲ ਬਹੁਤ ਚੀਜ਼ਾਂ ਉੱਤੇ ਆਉਂਦੀਆਂ ਮੈਂ ਅੱਜ ਤੱਕ ਉਹਦੇ ਨਾਲ ਮੂਵੀ ਦੇਖਣ ਨਹੀਂ ਗਿਆ ਮੈਂ ਕਦੇ ਵੀ ਕਿਸੇ ਕੁੜੀ ਨਾਲ ਮੂਵੀ ਨਹੀਂ ਦੇਖੀ ਹੈ ਨਾ ਤਾਂ ਮੈਨੂੰ ਲੱਗਦਾ ਕਿ ਯਾਰ ਜਾਣਾ ਚਾਹੀਦਾ ਹੈ ਨਾ